ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਦਾ ਸਾਡੇ ਯੂਟਿਊਬ ਚੈਨਲ 'ਤੇ ਸਵਾਗਤ ਹੈ ਜੀ ਅੱਜ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਜੀ ਵੱਟਾਂ ਵਾਲੀ ਪੱਗ ਪੰਜ ਲੜਾਂ ਵਾਲੀ ਪੱਗ ਹੈ ਵੀਰੇ ਇਹ ਪਹਿਲਾ ਲੜਾ ਜੀ ਨੇ ਦੇਖ ਲਿਆ ਜੀ ਕਿਸ ਤਰ੍ਹਾਂ ਵੀਰ ਨੇ ਸਿਰ ਦੇ ਸੈਂਟਰ 'ਚੋਂ ਲਿਆਉਂਦਾ ਅਤੇ ਉਹਦੇ ਵਿੱਚ ਵੱਟ ਬਣਾ ਕੇ ਉਹ ਲਗਾ ਦਿੱਤਾ ਜੀ ਲੜਾ ਜੋ ਆਪਾਂ ਲਗਾਉਣਾ ਉਹ ਜਿਹੜਾ ਪਹਿਲਾਂ ਲੜ ਲਗਾਇਆ ਸੀਗਾ ਉਸ ਤੋਂ ਥੋੜ੍ਹਾ ਸਾਈਡ 'ਤੇ ਰੱਖ ਕੇ ਕੰਨ ਦੇ ਉੱਪਰੋਂ ਲਿਆਉਣਾ ਜੀ ਵੱਟ ਪਾਉਣ ਦਾ ਤਰੀਕਾ ਜੋ ਆਪ ਜੀ ਦੇਖ ਸਕਦੇ ਹਾਂ ਜੀ ਬਹੁਤ ਹੀ ਸਿੰਪਲ ਤਰੀਕਾ ਆ ਪੱਗ ਦਾ ਜੋ ਕੱਪੜਾ ਆ ਪੱਗ ਨੂੰ ਫੋਲਡ ਕੀਤਾ ਜੀ ਅੰਦਰ ਨੂੰ ਤਾਂ ਜੋ ਉਸਦੇ ਵਿੱਚ ਵੱਟ ਨੇ ਉਹ ਪੈ ਜਾਣ ਉਸ ਤੋਂ ਬਾਅਦ ਅਗਲਾ ਲੜਾ ਪਿੱਛੇ ਘੁੱਟ ਕੇ ਲੈ ਕੇ ਆਉਣਾ ਜੀ ਇਸ ਲੜ ਨੂੰ ਚੰਗੀ ਤਰ੍ਹਾਂ ਖੋਲ੍ਹ ਲੈਣਾ ਜੀ ਥੋੜ੍ਹਾ ਜਿਹਾ ਨੀਵਾਂ ਰੱਖ ਕੇ ਇਸ ਲੜ ਨੂੰ ਲਗਾ ਦੇਣਾ ਅਤੇ ਵੱਟ ਪਾਉਣ ਦਾ ਤਰੀਕਾ ਜੋ ਸਹੀ ਮਾਰੀ ਪੱਗ ਦੀ ਉਮੀ ਜੋ ਹੈਗੀ ਆ ਉਹਨੂੰ ਅੰਦਰ ਨੂੰ ਉੱਪਰ ਨੂੰ ਫੋਲਡ ਕਰਨਾ ਤਾਂ ਜੋ ਉਸਦੇ ਵਿੱਚ ਵੱਟ ਬਣ ਸਕਣ ਉਸਦੇ ਵਿੱਚ ਵੱਟ ਬਣਾ ਕੇ ਪੰਜ ਲੜਾਂ ਵਾਲੀ ਵੱਟਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆਏ ਹਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਪਿੱਛੋਂ ਘੁੱਟ ਕੇ ਅਤੇ ਜਿਹੜਾ ਪਹਿਲਾਂ ਲੜ ਲਗਾਇਆ ਸੀਗਾ ਉਹ ਤੋਂ ਥੋੜ੍ਹਾ ਨੀਵਾਂ ਰੱਖ ਕੇ ਜਿਹੜਾ ਵੱਲ ਨੂੰ ਖਿੱਚ ਕੇ ਇਹ ਲੜ ਜੋ ਲਗਾ ਦੇਣਾ ਹੈ ਹੇਠਾਂ ਨੂੰ ਖਿੱਚ ਲੈਣਾ ਹੈ ਹੇਠਾਂ ਵੱਲ ਨੂੰ ਅਤੇ ਉਸੇ ਤਰ੍ਹਾਂ ਹੀ ਪੂਣੀ ਨੂੰ ਉੱਪਰ ਵੱਲ ਨੂੰ ਇਕੱਠਾ ਕਰਨਾ ਹੈ ਇਸਦੇ ਵਿੱਚ ਵੱਟ ਬਣ ਸਕਣ ਇਸ ਲੜ ਨੂੰ ਖਿੱਚ ਕੇ ਫਿਰ ਲਗਾ ਦੇਣਾ ਹੈ ਉਸ ਤੋਂ ਬਾਅਦ ਅਗਲਾ ਲੜਾ ਜੋ ਲਗਾਉਣਾ ਹੈ ਪੱਗ ਦੀ ਸੈਟਿੰਗ ਉਹ ਕਰ ਲੈਣੀ ਹੈ ਜੀ ਉਸ ਤੋਂ ਬਾਅਦ ਅਗਲਾ ਲੜ ਪਿੱਛੋਂ ਘੁੱਟ ਕੇ ਜਿਹੜਾ ਪਹਿਲਾਂ ਲੜ ਲਗਾਇਆ ਸੀਗਾ ਉਹ ਥੋੜ੍ਹਾ ਜਿਹਾ ਨੀਵਾਂ ਰੱਖ ਕੇ ਲਗਾ ਦੇਣਾ ਜੀ ਹੇਠਾਂ ਵੱਲ ਨੂੰ ਖਿੱਚ ਕੇ ਲੜ ਨੂੰ ਲਗਾਉਣਾ ਹੈ ਵੱਟ ਪਾਉਣ ਦਾ ਤਰੀਕਾ ਜੋ ਉਹ ਸੇਮ ਹੀ ਹੈ ਜੀ ਤਰੀਕਾ ਸੀਗਾ ਬਹੁਤ ਹੀ ਸਿੰਪਲ ਤਰੀਕਾ ਸੀਗਾ ਵੱਟ ਪਾਉਣ ਦੇ ਜਿਹੜੇ ਕਈ ਤਰੀਕੇ ਹੁੰਦੇ ਆ ਕਈ ਦੂਸਰੀ ਤਰ੍ਹਾਂ ਵੀ ਵੱਟ ਪਾ ਸਕਦੇ ਆ ਕਈ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਉਸ ਤਰ੍ਹਾਂ ਵੀ ਵੱਟ ਪੈ ਸਕਦੇ ਆ ਇਸ ਲੜ ਦਾ ਜੋ ਸੈਕਿੰਡ ਲਾਸਟ ਲੜ ਆ ਉਹ ਸਾਫ ਹੀ ਲਾਇਆ ਜੀ ਬਿਲਕੁਲ ਸਾਫ ਲੜ ਲਗਾਇਆ ਉਹ ਇਸ ਤੋਂ ਬਾਅਦ ਵੱਟ ਨੇ ਜੋ ਹੋਰ ਵੱਟ ਬਣਾਉਣੇ ਹਨ ਉਹ ਆਪਣੀ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿਸ ਤਰ੍ਹਾਂ ਵੀਰ ਉਂਗਲੀਆਂ ਦੀ ਸਹਾਇਤਾ ਨਾਲ ਉਹ
ਹੋਰ ਜ਼ਿਆਦਾ ਵੱਟ ਬਣਾ ਰਿਹਾ ਜੀ। ਉਸ ਤੋਂ ਬਾਅਦ ਜੋ ਆਖਰੀ ਲੜਾ ਉਹ ਲਗਾਉਣਾ ਹੈ, ਉਸ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ, ਚੰਗੀ ਤਰ੍ਹਾਂ ਉਸਦੇ ਵਿੱਚ ਸਫਾਈ ਕਰ ਲੈਣੀ ਹੈ। ਪਿੱਛੋਂ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਹੈ। ਇਸ ਲੜ ਨੂੰ ਜ਼ਿਆਦਾ ਸਾਫ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਵੀਰੇ, ਕਿਉਂਕਿ ਇਹ ਵੱਟਣ ਵਾਲੀ ਪੱਗ ਆ। ਉਸੇ ਤਰ੍ਹਾਂ ਹੀ ਇਸ ਲੜ ਨੂੰ ਲਗਾਉਣਾ ਹੈ। ਇਹ ਜੋ ਲੜਾ ਵੀਰ ਨੇ ਬਿਲਕੁਲ ਸਿੱਧਾ ਲੜ ਲਗਾਇਆ ਹੈ। ਆਪ ਵੀ ਦੇਖ ਸਕਦੇ ਹੋ ਜੀ ਕਿ ਕਿੱਡੀ ਸੁੰਦਰ ਤਰੀਕੇ ਦੇ ਨਾਲ ਵੀਰ ਨੇ ਜੋ ਵੱਟਾਂ ਵਾਲੀ ਪੱਗ ਆ ਉਹ ਸਜਾਈ ਆ। ਪੰਜ ਲੜਾਂ ਵਾਲੀ ਪੱਟਾਂ ਵਾਲੀ ਪੱਗ ਸਜਾਈ ਹੈ ਵੀਰ ਨੇ। ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ। ਸੈੱਟ ਕਰਨ ਦਾ ਤਰੀਕਾ ਆਪ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਵੀਰ ਨੇ ਪਹਿਲਾ ਲੜ ਜੋ ਲਗਾਇਆ ਸੀਗਾ ਉਸਨੂੰ ਖਿੱਚਿਆ, ਖਿੱਚਣ ਤੋਂ ਬਾਅਦ ਉਸ ਲੜ ਨੂੰ ਚੰਗੀ ਤਰ੍ਹਾਂ ਸਿਰ ਦੇ ਉੱਪਰ ਵਿਛਾ ਦਿੱਤਾ ਗਿਆ। ਸਿਰ ਨੂੰ ਕਵਰ ਕਰਨ ਦੇ ਲਈ ਬਾਜ ਦੀ ਸਹਾਇਤਾ ਦੇ ਨਾਲ ਸਾਈਡਾਂ ਤੋਂ ਅੰਦਰ ਨੂੰ ਕਰ ਦਿੱਤਾ ਗਿਆ ਕੱਪੜਾ ਜੋ ਉੱਪਰ ਵਿਛਾਇਆ ਸੀ। ਇਸ ਤਰ੍ਹਾਂ ਆਪਦੀ ਵੱਟਾਂ ਵਾਲੀ ਪੱਗ ਆ ਜੋ ਬਣ ਸਕਦੇ ਹੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਅਸੀਂ ਜਿਹੜੀ ਵੀ ਵੀਡੀਓ ਪਾਉਂਦੇ ਹਾਂ ਉਹਦੀ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਮਿਲ ਜਾਵੇ। ਇਸ ਤਰ੍ਹਾਂ ਆਪ ਜੀ ਵੱਟਾਂ ਵਾਲੀ ਦਸਤਾਰ ਆ ਜੋ ਸਜਾ ਸਕਦੇ ਹਾਂ ਜੀ।